ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਵਿਸ਼ਵਕਰਮਾ ਮੋਟਰ ਗਰਾਜ 'ਤੇ। ਅੱਜ ਸਾਡੇ ਕੋਲ ਆਈ ਬਲੈਰੋ ਪਿਕਅਪ ਮੈਕਸੀ ਟਰੱਕ, ਇਹਨੂੰ ਪ੍ਰੋਬਲਮ ਹੈ ਇੰਜਨ ਦੀ ਅਤੇ ਇਹ ਗੱਡੀ ਚੱਲ ਗਈ 3 ਲੱਖ ਦੇ ਕਰੀਬ ਅਤੇ ਕਢਾਉਂਦੀ ਹੈ ਮਗਲੈਲ ਅਤੇ ਓਇਲ ਖਾਂਦੀ ਹੈ ਜੀ ਇਹ, ਅਤੇ ਇਹਨੂੰ ਕਰਾਂਗੇ ਅਸੀਂ ਓਵਰਹਾਲ, ਇੰਜਨ ਦੀ ਕਰਾਂਗੇ ਫਿਟਿੰਗ ਅਤੇ ਸਲੀਬਾਂ ਲਾਵਾਂਗੇ ਜੀ ਨਵੀਆਂ, ਅਤੇ ਤੁਹਾਨੂੰ ਵਿਖਾਉਂਦੇ ਹਾਂ ਵੀ ਅਸੀਂ ਆਪਦੇ ਤਰੀਕੇ ਨਾਲ ਕਿਵੇਂ ਕਰਦੇ ਹਾਂ। ਕੰਮ ਮਹਿੰਦਰਾ ਦੀਆਂ ਪਈਆਂ ਜੀ ਸਲੀਬਾਂ, ਅਤੇ ਬਲਾਕ ਦੀ ਸਫਾਈ ਤੁਸੀਂ ਦੇਖ ਸਕਦੇ ਹੋ, ਚੈੱਕ ਕਰੋ ਜੀ, ਸ਼ੌਂਕ ਨਾਲ ਕਰਦੇ ਹਾਂ ਜੀ ਕੰਮ ਇਹਦਾ, ਅਤੇ ਕਰਾਂਗੇ ਫਿਟਿੰਗ। ਮੋਟਰਿੰਗ ਵਾਲੀ ਫਿਟਿੰਗ ਅਸੀਂ ਕਰ ਲਈ ਹੈ ਜੀ, ਅਤੇ ਸਲੀਬਾਂ ਅਸੀਂ ਠੋਕਾਂਗੇ ਜੀ, ਤੁਸੀਂ ਦੇਖ ਸਕਦੇ ਹੋ ਕੋਈ ਅਰਲਾ ਟਾਇਰ ਨਹੀਂ, ਸਿੰਪਲ ਸਲੀਬਾਂ, ਹਲਕੀ ਜੀ ਰਬੜਿੰਗਾਂ ਨੂੰ ਬਲੈਕ ਮਾਊਂਟ ਅਸੀਂ ਲਾ ਲਈ ਹੈ ਜੀ, ਅਤੇ ਹੁਣ ਕਰਾਂਗੇ ਸਲੀਬਾਂ ਦੀ ਫਿਟਿੰਗ, ਅਤੇ ਬਲਾਕ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ। ਰਬੜ ਰਿੰਗਾਂ ਵਾਲੀਆਂ ਝੜੀਆਂ ਨੂੰ ਚੰਗੀ ਤਰ੍ਹਾਂ ਕਰਕੇ ਕਲੀਨ ਫੇਰ ਸਲੀਬਾਂ ਜਾਂਦੀਆਂ ਐਂ, ਪਾਣੀ ਨੂੰ ਜਿਹੜੀਆਂ ਝੜੀਆਂ ਚੰਗੀ ਤਰ੍ਹਾਂ ਕਰਨੀਆਂ ਪੈਂਦੀਆਂ ਸਾਫ਼। ਹਾਂਜੀ ਸਲੀਬਾਂ ਦੀ ਕਰੋ ਤੁਸੀਂ ਚੈਕਿੰਗ, ਰਬੜ ਰਿੰਗ ਹੈ ਜਿਹੜੇ ਬਿਲਕੁਲ ਓਕੇ ਰਿਪੋਰਟ ਆ ਸਾਡੇ, ਸਲੀਬਾਂ ਦੀ ਫਿਟਿੰਗ ਹੋ ਚੁੱਕੀ ਜੀ ਬਿਲਕੁਲ ਓਕੇ, ਤੁਸੀਂ ਦੇਖ ਸਕਦੇ ਹੋ ਐਂ ਜਮਾਂ ਚੀਥਾਂ ਬੰਦ ਕੰਮ, ਅਤੇ ਬਲਾਕ ਦੀ ਸਫਾਈ ਤੁਸੀਂ ਕਰੋ ਚੈੱਕ। ਅਤੇ ਹੁਣ ਅਸੀਂ ਪਾਵਾਂਗੇ ਰਿੰਗ ਅਤੇ ਠੋਕਾਂਗੇ ਪਿਸਟਨ, ਅਤੇ ਕਰਾਂਗੇ ਸਿਰਫ ਅਤੇ ਸਿਰਫ ਘੰਟੇ 'ਚ ਹੀ ਸਟਾਰਟ। ਕਲਾਮ ਛੋਟੇ ਵੀਰ ਥੱਲੋਂ ਅਸੀਂ ਟੇਪ ਵਾਲੇ ਨਾਲ ਕੱਸਦੇ, ਅਤੇ ਇੱਕ ਜ਼ਰੂਰੀ ਗੱਲ ਤੁਹਾਡੇ ਨਾਲ ਜੀ, ਆਹ ਓਇਲ ਪੰਪ ਦੀ ਪਿੰਨ ਹੁੰਦੀ ਹੈ, ਇਹਨੂੰ ਚੈੱਕ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰੀ ਇਹ ਢਿੱਲੀ ਹੋ ਕੇ ਵੱਢੀ ਜਾ ਸਕਦੀ ਹੈ, ਇਹਨੂੰ ਅਸੀਂ ਕਰ ਲਿਆ ਚੰਗੀ ਤਰ੍ਹਾਂ ਚੈੱਕ, ਇਹ ਪਿੰਨ ਪਾ ਕੇ ਜੀ ਨਵੀਂ, ਇਹਦੇ ਵਿੱਚ ਪਾ ਕੇ ਓਇਲ, ਅਤੇ ਅਸੀਂ ਕਰਾਂਗੇ ਜੀ ਹੁਣ ਓਇਲ ਪੰਪ ਦੀ ਫਿਟਿੰਗ। ਹਾਂਜੀ ਦੋਸਤੋ, ਕੀ ਹਾਲ ਚਾਲ ਜੋ, ਠੀਕ ਠਾਕ ਜੀ? ਇੰਨੀ ਗਰਮੀ 'ਚ ਡਿੱਗ ਥੱਲੇ ਆਈ ਦਾ ਆਕਸੀਜਨ ਘੱਟ ਜਾਂਦੀ ਹੈ, ਅਤੇ ਸਭ ਬਹੁਤ ਔਖਾ ਹੁੰਦਾ, ਗਰਮੀ ਬਹੁਤ ਹੈ। ਚੈਂਬਰ ਦੀ ਕਰਾਂਗੇ ਫਿਟਿੰਗ, ਅਤੇ ਕਰਾਂਗੇ ਓਕੇ ਰਿਪੋਰਟ। ਲਿਆਓ ਵੀ ਨਾਟ ਫਸ ਛੋਟੇ ਵੀਰੋ, ਕੀ ਕਰਦੇ ਪਏ ਜੀ? ਵਾਹਿਗੁਰੂ ਸੱਚਾ ਪਾਤਸ਼ਾਹ, ਧੰਨ ਬਾਬਾ ਨਾਨਕ। ਹਾਂਜੀ ਚੈਂਬਰ ਦੀ ਫਿਟਿੰਗ ਕਰਤੀ ਹੈ, ਸਾਰੇ ਨਟ ਹੋ ਚੁੱਕੇ ਹਨ ਕੰਪਲੀਟ, ਅਤੇ ਟੋਕਾ ਪਲੇਟ ਵੀ ਦਿੱਤੀ ਹੈ ਕਾਸ। ਕਮੈਂਟ ਦੱਸੋ ਜੀ, ਟੋਕਾ ਪਲੇਟ ਕਹਿੰਦੇ ਆ ਕਿ ਹੋਰ ਕੋਈ ਪਲੇਟ ਕਹਿੰਦੇ ਆ, ਦੱਸਿਆ ਜਾਵੇ ਕਿਹੜੀ ਪਲੇਟ ਕਹਿੰਦੇ ਆ ਜੀ। ਅਤੇ ਹੁਣ ਆ ਗਈ ਵਾਰੀ ਹੈੱਡ ਦੀ, ਹੈੱਡ ਨੂੰ ਕਸਾਂਗੇ ਅਤੇ ਕਰਾਂਗੇ ਸਟਾਰਟ, ਮੋਟਾ ਮੋਟਾ ਕੰਮ ਮਿੰਟ ਮਿੰਟ ਹੋ ਜਾਣੀ ਹੈ ਸੈੱਟ। ਲਓ ਜੀ ਸੀਲਿੰਗ ਵੇਖੋ ਚੈਂਬਰ ਦੀ ਕਿਵੇਂ,
ਹਾਂਜੀ ਚੈਂਬਰ ਵੀ ਥੱਲੋਂ ਕਾਸਤਾ, ਸਲੀਬਾਂ ਵੀ ਠੁੱਕ ਗਈਆਂ ਅਤੇ ਪਿਸਟਨ ਵੀ ਪਾ ਤੇ ਆ ਜੀ। ਸਲੀਬਾਂ ਦੀ ਫਿਟਿੰਗ ਵੀ ਹੋ ਗਈ ਆ, ਪਿਸਟਨਾਂ ਦੀ ਵੀ ਹੋ ਗਈ ਆ, ਅਤੇ ਹੁਣ ਥੋੜ੍ਹਾ ਜਿਹਾ ਪਾ ਕੇ ਆਇਲ ਅਤੇ ਰੱਖਾਂਗੇ ਹੈੱਡ ਗੈਸਕਟ, ਅਤੇ ਫਿਰ ਰੱਖਾਂਗੇ ਜੀ ਹੈੱਡ, ਅਤੇ ਕਰਾਂਗੇ ਛੇਤੀ ਤੋਂ ਪਹਿਲਾਂ ਸਟਾਰਟ। ਹੈੱਡ ਗੈਸਕਟ ਦੀ ਫਿਟਿੰਗ ਕਰਤੀ ਹੈ ਜੀ ਅਸੀਂ, ਬਲਾਕ ਦੇ ਉੱਪਰ ਰੱਖਤਾ ਹੈੱਡ ਗੈਸਕਟ, ਅਤੇ ਹੁਣ ਰੱਖਾਂਗੇ ਹੈੱਡ। ਲਿਆਓ ਵੀਰੋ ਚੁੱਕ ਕੇ ਹੈੱਡ। ਹਾਂਜੀ ਹੈੱਡ ਦੇ ਵਾਲਾਂ ਦੀਆਂ ਸੀਟਾਂ ਅਸੀਂ ਲਾ ਲਈਆਂ, ਅਤੇ ਹੈੱਡ ਦਾ ਜਿਹੜਾ ਫੇਸ ਆ ਕਰ ਲਿਆ ਚੰਗੀ ਤਰ੍ਹਾਂ ਸਾਫ਼, ਤੁਸੀਂ ਦੇਖ ਸਕਦੇ ਹੋ ਹੈੱਡ ਨੂੰ ਕਰ ਲਿਆ ਕਲੀਨ, ਅਤੇ ਹੁਣ ਅਸੀਂ ਕਰਾਂਗੇ ਬਲਾਕ ਅਤੇ ਹੈੱਡ ਦੀ ਫਿਟਿੰਗ। ਲਿਆਓ ਯਾਰ ਦੋਸਤੋ, ਹੈੱਡ ਭਾਰਾ ਬਹੁਤ ਆ, ਇਹ ਦੋ ਬੰਦਿਆਂ ਦੀ ਮਦਦ ਨਾਲ ਰੱਖਿਆ ਜਾਂਦਾ, ਇੱਕ ਬੰਦਾ ਉੱਪਰ ਜਾਊਗਾ। ਹੈੱਡ ਦੀ ਬਲਾਕ 'ਤੇ ਕਰਾਂਗੇ ਫਿਟਿੰਗ, ਸਟੱਡਾਂ ਦੇ ਵਿੱਚ ਪਾਲਿਆ ਸਿਲੈਂਸਰ ਵਾਲਾ ਜੈਨ। ਲਓ ਡਾਵਲਾਂ ਦੇ ਵਿੱਚ ਜਿਹੜੀ ਹੈੱਡ ਦੀ ਫਿਟਿੰਗ ਹੋ ਚੁੱਕੀ ਆ, ਓਕੇ। ਸਿਲੈਂਸਰ ਵਾਲਾ ਥੋੜ੍ਹਾ ਜਿਹਾ ਪਏਗਾ ਪਾਸੇ ਜੀ, ਗੋਡ ਕਰ ਦਿਓ। ਲਓ ਜੀ ਦੋਸਤੋ, ਭਾਰਾ ਹੈੱਡ ਹੈ, ਅਤੇ ਰੱਖਤਾ ਸੀ ਗੇਰਾ। ਹਾਂਜੀ ਜਿਹੜੀ ਹੈੱਡ ਦੀ ਫਿਟਿੰਗ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ, ਅਤੇ ਹੁਣ ਅਸੀਂ ਇਹਦੇ ਕਸਾਂਗੇ ਨਟ। ਹਾਂਜੀ ਟੈਪਟਾਂ ਦੀ ਸੈਟਿੰਗ ਆ ਜਿਹੜੀ ਅਸੀਂ ਕਰਤੀ ਹੈ ਜੀ, ਟੈਪਟਾਂ ਦੀ ਫਿਟਿੰਗ ਹੋ ਚੁੱਕੀ ਹੈ ਬਿਲਕੁਲ ਓਕੇ, ਅਤੇ ਹੁਣ ਅਸੀਂ ਕਸਾਂਗੇ ਜੀ ਟੈਪਟ ਕਵਰ ਦੀ ਕਰਾਂਗੇ ਫਿਟਿੰਗ, ਅਤੇ ਫਿਰ ਮਾਰਾਂਗੇ ਸੈਲਫ ਅਤੇ ਕਰਾਂਗੇ ਸਟਾਰਟ। ਹਾਂਜੀ ਟੈਪਟ ਕਵਰ ਦੀ ਫਿਟਿੰਗ ਹੋ ਚੁੱਕੀ ਹੈ, ਅਤੇ ਪਾਣੀ ਵਾਲੀ ਸਪਲਾਈ ਵੀ ਲਾਤੀ ਹੈ ਜੀ ਅਰਵਾਲ ਵਾਲੀ, ਅਤੇ ਹੁਣ ਅਸੀਂ ਕਸਾਂਗੇ ਜੀ ਟਰਬੋ ਬੂਸਟ ਪ੍ਰੈਸ਼ਰ ਵਾਲੀ ਪੈਪ, ਅਤੇ ਕਰਾਂਗੇ ਫਿਟਿੰਗ ਅਤੇ ਮਾਰਾਂਗੇ ਸੈਲਫ ਅਤੇ ਕਰਾਂਗੇ ਸਟਾਰਟ, ਅਤੇ ਲਵਾਂਗੇ ਰਾਈਡ ਅਤੇ ਤੁਹਾਨੂੰ ਦਿਖਾਵਾਂਗੇ ਕੀ ਕਰਦੀ ਹੈ। ਹਾਂਜੀ ਈਜੀ ਅਰਵਾਲ ਦੀ ਕਰਦੇ ਹਾਂ ਫਿਟਿੰਗ, ਅਤੇ ਪੈਪ ਨੂੰ ਕਰਕੇ ਸਾਫ਼, ਅਤੇ ਕਰਾਂਗੇ ਫਿੱਟ ਅਤੇ ਮਾਰਾਂਗੇ ਸਿਲਫ ਅਤੇ ਕਰਾਂਗੇ ਸਟਾਰਟ, ਤੁਹਾਨੂੰ ਦਿਖਾਉਣੇ ਆ ਵੀ ਕੀ ਕਰਦੀ ਹੈ ਅਤੇ ਕਿੱਦਾਂ ਦੀ ਬਣੀ ਆਵਾਜ਼। ਹੁਣ ਮਾਰਾਂਗੇ ਸਿਲਫ ਅਤੇ ਕਢਾਵਾਂਗੇ ਏਅਰ। ਮਾਰੀ ਸਿਲਫ, ਮਾਰੀ ਸਿਲਫ ਛੋਟੇ, ਬਸ ਚੱਲ ਕਰਦੇ ਚੱਲ। ਇੱਕ ਮਿੰਟ
ਮਾਰਾਂਗੇ ਜੈਕਟਾਂ ਦੇ ਸ਼ੂ ਤੇ ਮਾਰਾਂਗੇ ਸੈਲਫ ਤੇ ਕਰਾਂਗੇ ਸਟਾਰਟ ਹੁਣ ਮਾਰਾਂਗੇ ਸੈਲਫ ਤੇ ਕਰਾਂਗੇ ਸਟਾਰਟ ਮਾਰ ਛੋਟੇ ਸੈਲਫ ਚੱਲ ਫਿਰ ਬੰਦ ਕਰਕੇ ਮਾਰ ਕੂਲੈਂਟ ਵਗੈਰਾ ਅਸੀਂ ਸਾਰਾ ਕੁਛ ਪਾਤਾ ਜੀ ਅਤੇ ਹੁਣ ਲਵਾਂਗੇ ਰਾਈਡ ਅਤੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀ ਬਣੀ ਪਿਕਅਪ ਅਤੇ ਕੀ ਕਰਦੀ ਹੈ ਹਾਂਜੀ ਇੰਜਨ ਦਾ ਸਾਊਂਡ ਤੁਸੀਂ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਇੰਜਨ ਅਤੇ ਇੰਜਨ ਦਾ ਸਾਊਂਡ ਤੁਸੀਂ ਚੈੱਕ ਕਰ ਸਕਦੇ ਹੋ ਬੰਦ ਕਰਕੇ ਕਰੀ ਸਟਾਰਟ ਚੱਲ ਲਓ ਜੀ ਸਟਾਰਟਿੰਗ ਵੀ ਬਿਲਕੁਲ ਓਕੇ ਹੈ ਗਰਮ ਹੋ ਕੇ ਅਤੇ ਜਿਹੜੀ ਬੈਕ ਕੰਪਰੈਸ਼ਰ ਹੈ ਉਹ ਵੀ ਬਿਲਕੁਲ ਓਕੇ ਹੈ ਜੀ ਤੁਸੀਂ ਦੇਖ ਸਕਦੇ ਹੋ ਕੋਈ ਬੈਕ ਕੰਪਰੈਸ਼ਰ ਨਹੀਂ ਕੋਈ ਸ਼ਿਫਟਾਂ ਨਹੀਂ ਕੋਈ ਬੈਕ ਕੰਪਰੈਸ਼ਰ ਨਹੀਂ ਬੰਦ ਕਰਕੇ ਮਾਰੀ ਸਿਰਫ ਚਲੋ ਲਓ ਜੀ ਬਿਲਕੁਲ ਓਕੇ ਆ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਕਰੋ ਸ਼ੇਅਰ ਧੰਨਵਾਦ।